ਮਾਤਾਵਾਂ ਤੰਤਾ ਜੋਗਨ ਜਿਨ੍ਹਾਂ ਦੇ ਬੱਚੇ ਭਜਨ ਕਰਦੇ ਹਨ। ਪਰ ਕਦੇ ਹੁੰਦਾ ਹੈ ਜਦੋਂ ਮਾਤਾ ਪਿਤਾ ਦੇ ਸਮੂਹ ਦਾ ਅਸਰ ਔਰ ਮਾਤਾ ਦੀ ਸਿੱਖਿਆ ਦਾ ਅਸਰ ਬੱਚਿਆਂ ਤੇ ਹੋਵੇ। ਸਾਡੇ ਦੇਸ਼ ਦੇ ਵਿੱਚ ਬੜੀਆਂ ਅੱਛੀਆਂ ਭਗਤੀ ਕਰਨ ਵਾਲੀਆਂ ਬ੍ਰਹਮ ਗਿਆਨਣਾ ਲੜਕੀਆਂ ਹੋਈਆਂ। ਰਾਣੀ ਮੰਦਾਲਸਾ ਹੋਈ, ਉਸਨੇ ਪ੍ਰਣ ਕੀਤਾ ਸੀ ਜਿਹੜਾ ਬੱਚਾ ਮੈਥੋਂ ਜਨਮ ਲਵੇਗਾ ਹੋਰ ਕਿਸੇ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ। ਬਚਪਨ ਵਿੱਚ ਹੀ ਉਹਨੂੰ ਲੋਰੀਆਂ ਲੋਰੀਆਂ ਵਿੱਚ ਹੀ ਗਿਆਨ ਕਰ ਦਿੰਦੀ ਸੀ, ਇਹਨਾਂ ਉਹਦਾ ਪ੍ਰਣ ਪੂਰਾ ਨਹੀਂ ਗਿਆ। ਇਸੀ ਤਰ੍ਹਾਂ ਰਾਣੀ ਚੜਾਲਾਂ ਵਰਗੀਆਂ ਹੋਈਆਂ, ਜਿਹਨਾਂ ਰਾਜੇ ਸ਼ਿਖਰ ਤੋਂ ਆਪਣੇ ਪਤੀ ਦੇਵ ਨੂੰ ਬੜੇ ਯਤਨਾਂ ਦੇ ਨਾਲ ਗਿਆਨ ਕੀਤਾ। ਹੋਰ ਗਾਰਗੀ ਜੈਸੀਆਂ ਵੀ ਤਰਾਗ ਹੋਈਆਂ, ਬੜੇ ਬੜੇ ਰਾਜੇ ਰਾਣੇ ਜਿਹਨਾਂ ਦੇ ਸ਼ਿਸ਼ ਹੋਏ। ਇਸੀ ਤਰ੍ਹਾਂ ਮਾਈ ਭਾਗੋ ਜੈਸੀਆਂ ਬ੍ਰਹਮ ਗਿਆਨ। ਸਾਡਾ ਦੇਸ਼ ਰਿਸ਼ੀਆਂ ਮੁਨੀਆਂ ਸੰਤਾਂ ਭਗਤਾਂ ਅਵਤਾਰਾਂ ਦਾ ਦੇਸ਼ ਹੈ। ਔਰ ਜਿਹੜੀਆਂ ਮਾਤਾਵਾਂ ਇੰਨੀਆਂ ਇੰਨੀਆਂ ਉਹਨਾਂ ਦੀ ਹਰ ਗ੍ਰੰਥ ਸਰਕਾਰ ਨੇ, ਹਰ ਸ਼ਾਸਤਰਕਾਰ ਨੇ ਬੜੀ ਵਡਿਆਈ ਕੀਤੀ ਹੈ। ਤੇ ਉਹਨਾਂ ਦੇ ਬੱਚੇ ਭਗਤੀ ਕਰਦੇ ਹਨ, ਜਿਹਨਾਂ ਦੇ ਬੱਚੇ ਭਗਤੀ ਕਰਨਗੇ ਉਹੀ ਵਾਲਦਾਨ ਦੇਣ ਦੇ ਆਗਿਆਕਾਰ ਹੋਣਗੇ। ਜਿਹੜੇ ਭਗਤੀ ਨਹੀਂ ਕਰਨਗੇ, ਤੁਸੀਂ ਆਪਣੇ ਆਪ ਹੀ ਦੇਖ ਲਓ, ਜਿਹੜੇ ਬੱਚਿਆਂ ਨੂੰ ਸਿਨੇਮਾ ਨੂੰ ਲੈ ਕੇ ਤੁਰ ਜਾਂਦੇ ਹਨ ਉਹਨਾਂ ਦੇ ਵਿੱਚ ਕਿਹੋ ਜਿਹੇ ਸੁਭਾਅ ਪੱਕਣਗੇ। ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦੇ ਰਿਜ਼ਲਟ ਦੇਖੋ ਕੀ ਨਿਕਲਣਗੇ। ਤੁਹਾਡੀ ਆਗਿਆ ਨਹੀਂ ਮੰਨਣਗੇ, ਆਗਿਆ ਪਾਣੀ ਕਰਨਗੇ, ਹੱਥ ਕਰਨਗੇ, ਬੇਕਾਇਦਗੀਆਂ ਕਰਨਗੇ, ਨਰਕ ਬਣਗੇ, ਗ੍ਰਸਤ ਕਰਦੇ ਰਹਿੰਦੇ। ਸਾਡੇ ਜਿਹੜੇ ਬੱਚੇ ਸਤਸੰਗ ਕਰਦੇ ਹਨ, ਭਜਨ ਕਰਦੇ ਹਨ, ਸੇਵਾ ਕਰਦੇ ਹਨ, ਤੋ ਜਿਹਨਾਂ ਨੂੰ ਬਾਣੀ ਦਾ ਚੰਗੇ ਸਤਿਕਾਰਾਂ ਦਾ ਸੰਸਕਾਰ ਵੀ, ਵਾਲਦੇਨ ਦੀ ਸੇਵਾ ਕਰਨੀ ਅੱਛੀ ਹੁੰਦੀ ਹੈ, ਉਹਨਾਂ ਦੀ ਆਗਿਆ ਮੰਨਣੀ ਚੰਗੀ ਹੁੰਦੀ ਹੈ, ਇਹਦੇ ਵਿੱਚ ਹੀ ਸਾਡੀ ਭਲਾਈ ਹੈ। ਉਹ ਉਹਨਾਂ ਤੋਂ ਹੀ ਵਾਲਦੈਨ ਨੂੰ ਸੁੱਖ ਮਿਲਿਆ ਕਰਦਾ ਹੈ। ਜਿਸ ਘਰ ਦੇ ਵਿੱਚ ਬੱਚੇ ਆਗਿਆ ਨਾ ਮੰਨਣ, ਆਪ ਉਤਰੀ ਕਰਨ, ਉਹ ਘਰ ਘਰ ਸਾਰੇ ਦੁਖੀ ਹੋ ਜਾਂਦੇ ਹਨ। ਸੋ ਇਸ ਕਰਕੇ ਇਸ ਮਾਰਗ ਤੇ, ਗੁਰਮੁਖ ਮਾਰਗ ਤੇ ਚੱਲਣ ਕਰਕੇ ਹੀ ਘਰ ਜਿਹੜਾ ਹੈ ਬੈਕੁੰਠ ਬਣਿਆ ਕਰਦਾ ਹੈ। ਦੂਸਰੀ ਸਾਈਡ ਤੇ ਨਰਕ ਬਣ ਜਾਂਦਾ ਹੈ ਥੋੜ੍ਹੀ ਦੇਰ ਹੀ। ਅੱਜ ਬਹੁਤੇ ਲੋਕ ਦੁਖੀ, ਬੱਚੇ ਕਿਹਾ ਨਹੀਂ ਮੰਨਦੇ, ਆਗਿਆ ਤੇ ਬਾਹਰ ਹਨ। ਸੋ ਕਿਉਂ ਸਤਸੰਗ ਦੇ ਨੇੜੇ ਨਹੀਂ ਜਾਣਾ, ਭਜਨ ਨਹੀਂ ਕਰਨਾ, ਪਾਠ ਨਹੀਂ ਕਰਨਾ, ਕੋਈ ਧਾਰਮਿਕ ਗ੍ਰੰਥਾਂ ਦਾ ਮੁਤਾਲਿਆ ਨਹੀਂ ਕਰਨਾ, ਜਿੱਥੋਂ ਅਕਲ ਆਵੇ ਸਮਝ ਆਵੇ ਗੱਲਾਂ ਸਾਰੀਆਂ ਉਹੀ ਕਰਨੇ ਜਿਹਨਾਂ ਦੁਆਰਾ ਮਨ ਦੇ ਅੰਦਰ ਚੰਚਲਤਾ ਹੀ ਹੈ, ਉਹਨਾਂ ਦਾ ਨਤੀਜਾ ਅਕਸਰ ਬੁਰਾ ਹੀ ਹੁੰਦਾ ਹੈ। ਅਤੇ ਆਹ ਇਹ ਮਾਤਾਵਾਂ ਬਹੁਤ ਵਧੀਆ।